ਪੰਜਾਬ ਦੇ ਵਿੱਚ दारू ਦੀ ਸ਼ੁਰੂਆਤ ਕਿੱਦਾਂ ਹੋਈ ਬਹੁਤ ਪੁਰਾਣੇ ਸਮੇਂ ਦੀ ਗੱਲ ਆ ਇੱਕ ਵਾਰੀ ਇੱਕ ਬਜ਼ੁਰਗ ਨੇ ਜੰਗਲ ਦੇ ਵਿੱਚ ਪੱਠੀ ਲਾਈ ਸੀ दारू ਬਣਾਉਣ ਵਾਸਤੇ दारू ਸਾਰੀ ਬਣ ਕੇ ਤਿਆਰ ਹੋ ਗਈ ਅਚਾਨਕ ਪੱਠੀ ਨੂੰ ਅੱਗ ਲੱਗ ਗਈ ਪੱਠੀ ਫਟ ਗਈ ਤੇ ਸਾਰੇ ਜੰਗਲ ਨੂੰ ਅੱਗ ਲੱਗ ਗਈ ਉਸ ਅੱਗ ਦੀ ਲਪੇਟ ਦੇ ਵਿੱਚ بڑے ਜਾਨਵਰ بڑے ਪੰਛੀ ਆ ਕੇ ਮਰ ਗਏ ਤੇ ਉਹਨਾਂ ਸਾਰਿਆਂ ਦੀਆਂ ਆਤਮਾ ਉਸ दारू ਦੇ ਵਿੱਚ ਫੜ ਗਿਆ ਹੁਣ ਜਦੋਂ ਵੀ ਬੰਦਾ ਪੈਗ ਲਾਉਂਦਾ ਆ ਉਹਦੇ ਵਿੱਚੋਂ ਕੱਲੇ-ਕੱਲੇ ਜਾਨਵਰ ਦੀ ਕੱਲੇ-ਕੱਲੇ ਪੰਛੀ ਦੀ ਆਤਮਾ ਜਾਗਦੀ ਆ ਉਹ ਕਿੱਦਾਂ ਜਦੋਂ ਬੰਦਾ ਪਹਿਲਾ ਪੈਗ ਲਾਉਂਦਾ ਆ ਤੇ ਉਹਦੇ ਵਿੱਚੋਂ ਕੋਇਲ ਦੀ ਆਤਮਾ ਜਾਗਦੀ ਆ ਤੇ ਬੰਦਾ ਕੋਇਲ ਵਾਂਗੂ ਮਿੱਠੀਆਂ-ਮਿੱਠੀਆਂ ਗੱਲਾਂ ਕਰਦਾ ਆ ਅੱਜ ਮੈਂ ਆਪਣੀ ਘਰ ਵਾਲੀ ਦੇ ਨਾਲ ਸੌਹਰੇ ਗਿਆ ਅੱਜ ਮੈਂ ਆਪਣੀ ਘਰ ਵਾਲੀ ਨੂੰ ਸੂਟ ਲੈ ਕੇ ਦਿੱਤਾ ਮਿੱਠੀਆਂ-ਮਿੱਠੀਆਂ ਬੰਦਾ ਗੱਲਾਂ ਕਰਦਾ ਆ ਜਦੋਂ ਬੰਦਾ ਦੂਜਾ ਪੈਗ ਲਾਉਂਦਾ ਆ ਫੇਰ ਉਹਦੇ ਵਿੱਚ ਜਾਗਦੀ ਆ ਤੋਤੇ ਦੀ ਆਤਮਾ ਫਿਰ ਇੱਕੋ ਗੱਲ ਨੂੰ ਟੈਂ 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 ਲਾਈ ਰੱਖਦਾ ਜਦੋਂ ਬੰਦਾ ਲਾਉਂਦਾ ਆ ਤੀਜਾ ਪੈਗ ਫੇਰ ਉਹਦੇ ਵਿੱਚ ਜਾਗਦੀ ਆ ਸ਼ੇਰ ਦੀ ਆਤਮਾ ਫਿਰ ਤੇ ਬੰਦਾ ਕਹਿੰਦਾ ਆ ਦੁਨੀਆ 'ਚ ਮੇਰੇ ਵਰਗਾ ਕੋਈ ਜੰਮਿਆ ਹੀ ਨਹੀਂ ਹੈਗਾ ਮੈਂ ਹੀ ਆ ਸਭ ਤੋਂ ਵੱਡਾ ਬਹਾਦਰ ਸੂਰਮਾ ਤੇ ਪਤਾ ਨਹੀਂ ਕੀ ਕੀ ਆਪਣੇ ਆਪ ਨੂੰ ਕਹਿ ਜਾਂਦਾ ਉਦੋਂ ਤਾਂ ਬੰਦਾ ਬਾਹੂਬਲੀ ਬਣਿਆ ਹੁੰਦਾ ਜਦੋਂ ਬੰਦੇ ਦੇ ਅੰਦਰ ਤੀਜਾ ਪੈਗ ਜਾਂਦਾ ਤੇ ਜਦੋਂ ਜਾਂਦਾ ਬੰਦੇ ਦੇ ਅੰਦਰ ਚੌਥਾ ਪੈਗ ਫੇਰ ਜਾਗਦੀ ਹੈ ਸੂਰ ਦੀ ਆਤਮਾ ਫਿਰ ਚੱਲਦਾ ਨਾਲ ਹੀ ਚੁੱਕ ਮਾ ਆਇਆ ਇੱਥੇ ਗੱਡੀ ਥਲੇ ਸਿਰ ਦੇ ਕੇ ਤੇਰੇ ਇੱਕ ਕਾਰਨਾਮੇ ਅੱਥੇ ਤੂੰ ਇੱਥੇ ਆਏ ਅਗਲੇ ਹੱਥ ਨੇ ਆ ਕੱਲਿਆ ਕਾਰੇ ਪੀਓ ਨੂੰ ਲੈ ਕੇ ਆ ਤੇ ਮਾਫੀ ਮੰਗ ਲਵੇ ਇੱਕ ਵਾਰੀ ਇੱਕ ਬੰਦੇ ਨੇ ਆਪਣੀ ਕੁੜੀ ਦਾ ਰਿਸ਼ਤਾ ਕਰਨਾ ਹੁੰਦਾ ਉਹ ਸੋਚਦਾ ਵੀ ਮੈਨੂੰ ਪਰੋਣਾ ਚਾਹੀਦਾ ਹੈ ਸਰਕਾਰੀ ਨੌਕਰੀ ਵਾਲਾ ਤੇ ਚਾਹੀਦਾ ਵੀ ਇਮਾਨਦਾਰ ਆ ਉਹਨਾਂ ਨੂੰ ਦੱਸ ਪੈਂਦੀ ਇੱਕ ਵਕੀਲ ਮੁੰਡੇ ਦੀ ਉਹ ਮੁੰਡਾ ਵੇਖਣ ਜਾਂਦੇ ਤੇ ਕੁੜੀ ਦਾ ਪਿਓ ਮੁੰਡੇ ਨੂੰ ਆਂਦਾ ਕਾਕਾ ਜੀ ਤਨਖਾਹ ਕਿੰਨੀ ਕਿਟਾੜੀ ਮੁੰਡਾ ਕਹਿੰਦਾ ਜੀ ਤਨਖਾਹ ਤੇ ਹੈਗੀ ਆ 35000 ਰੁਪਿਆ ਤੇ ਰੁਪਇਆ 5000 ਉਤੋਂ ਬਣ ਜਾਂਦਾ ਤੇ 40000 ਮਹੀਨੇ ਦਾ ਬਣ ਜਾਂਦਾ ਉਹ ਸੋਚਦਾ ਵੀ ਨਹੀਂ ਗੱਲ ਨਹੀਂ ਬਣੀ ਮੁੰਡਾ ਇਮਾਨਦਾਰ ਨਹੀਂ ਹੈਗਾ ਮੁੜ ਕੇ ਉਹ ਜਾਂਦੇ ਇੱਕ ਪੁਲਿਸ ਵਾਲੇ ਦੇ ਘਰ ਕੁੜੀ ਦਾ ਪਿਓ ਆਂਦਾ ਕਾਕਾ ਜੀ ਤਨਖਾਹ ਕਿੰਨੀ ਕਿਟਾੜੀ ਮੁੰਡਾ ਆਂਦਾ ਜੀ ਤਨਖਾਹ ਤੇ ਹੈਗੀ ਹੈ 43000 ਰੁਪਿਆ ਤੇ ਕੁਝ 7-8000 ਉਤੋਂ ਬਣਾਲੀਦਾ ਤੇ ਰੁਪਇਆ 50000 ਮਹੀਨੇ ਦਾ ਬਣ ਜਾਂਦਾ ਕੁੜੀ ਦਾ ਪਿਓ ਸੋਚਦਾ ਵੀ ਨਹੀਂ ਇੱਥੇ ਵੀ ਗੱਲ ਨਹੀਂ ਬਣੀ ਫਿਰ ਉਹਨਾਂ ਨੂੰ ਦੱਸ ਪੈਂਦੀ ਇੱਕ ਫੌਜੀ ਮੁੰਡੇ ਦੀ ਉਹਦੇ ਘਰ ਜਾਂਦੇ ਕੁੜੀ ਦਾ ਪਿਓ ਆਂਦਾ ਕਾਕਾ ਜੀ ਤਨਖਾਹ ਕਿੰਨੀ ਠਾਡੀ ਮੁੰਡਾ ਆਂਦਾ ਜੀ ਤਨਖਾਹ ਮੇਰੀ ਹੈ 52000 ਰੁਪਇਆ ਤੇ ਕਹਿੰਦਾ ਕਾਕਾ ਜੀ ਉੱਤੋਂ ਕਹਿੰਦਾ ਜੀ ਉੱਤੋਂ ਤੇ ਬੰਬ ਵੀ ਆਉਂਦੇ ਆ ਜੀ ਇੱਕ ਜਾਂਚ ਤੋਂ ਪਤਾ ਲੱਗਾ ਆ ਵੀ ਜਿਹੜੇ ਘਰ ਵਾਲੇ ਆਪਣੀਆਂ ਘਰ ਵਾਲੀਆਂ ਨੂੰ ਲੱड्डੂ ਪਰਫਿュ ਸਵੀਟ ਹਾਰਟ ਕਹਿ ਕੇ ਬੁਲਾਉਂਦੇ ਆ ਉਹਨਾਂ ਦੀਆਂ ਘਰ ਵਾਲੀਆਂ ਨੂੰ ਸ਼ੂਗਰ ਹੋਣ ਦਾ ਬਹੁਤ ਜ਼ਿਆਦਾ ਖਤਰਾ ਰਹਿੰਦਾ ਹੈ ਇਸ ਕਰਕੇ ਆਪਣੀਆਂ ਘਰ ਵਾਲੀਆਂ ਨੂੰ ਕਾਲੀ ਮਿਰਚ ਹਰੀ ਮਿਰਚ ਅਦਰਕ ਨਿੰਬੂ ਟਾਸ ਇਹੋ ਜਿਹੇ ਨਾਮਾਂ ਨਾਲ ਬੁਲਾਇਆ ਕਰੋ ਤਾਂ ਕਿ ਉਹ ਵੀ ਤੰਦਰੁਸਤ ਰਹਿਣ ਤੇ ਤੁਹਾਡੀ ਵੀ ਜਾਨ ਬਚੀ ਰਹੇ